ਕਿੰਨਾ ਹੋ ਗਿਆ? ਕੀ ਟਾਈਮ ਰੱਖਿਆ? 3 ਵਜੇ ਦਾ ਟਾਈਮ ਰੱਖਿਆ। ਅੱਛਾ ਜੀ, 3 ਵਜੇ ਜੇ ਚੀਜ਼ ਲੰਗਰ ਕਰਨਾ ਹੈ, ਅਸੀਂ ਇਨਵਾਈਟ ਕਰ ਰਹੇ ਹਾਂ ਆਪੇ ਲੰਗਰ। ਤਾਂ ਹੋ ਗਿਆ ਵਲੀਮੇ ਦੀ ਬੁਕਿੰਗ, 3 ਵਜੇ ਦਾ ਟਾਈਮ ਹੈ। 18 ਤਰੀਕ ਨੂੰ ਹੈ? 18 ਤਰੀਕ ਨੂੰ ਨਹੀਂ, ਹਾਂ 19 ਤਰੀਕ ਤੋਂ। 19 ਤਰੀਕ ਨੂੰ ਵਲੀਮੇ ਦਾ 3 ਵਜੇ ਲੱਕੀ ਕੈਪੀਟਲ ਬੈਂਕਵਟ ਮੈਰਿਜ ਹਾਲ। ਸਾਰਿਆਂ ਦੋਸਤਾਂ ਨੂੰ, ਸਾਰਿਆਂ ਦੋਸਤਾਂ ਨੂੰ ਜਿਨ੍ਹਾਂ ਇਹਨਾਂ ਨੂੰ ਇਨਵਾਈਟ ਕੀਤਾ, ਉਹਨਾਂ ਨੂੰ ਵੀ, ਜਿਹੜੇ ਦੇਖ ਰਹੇ ਨੇ ਉਹਨਾਂ ਨੂੰ ਵੀ ਇਨਵਾਈਟ ਕਰ ਰਹੇ ਹਾਂ, ਇਨਵਾਈਟ ਕਰ ਰਹੇ ਹਾਂ। ਅਸਲਾਮ ਵਾਲੇਕਮ ਦੋਸਤੋ, ਕੀ ਹਾਲ ਚਾਲ ਹੈ? ਠੀਕ ਹੋ? ਅਤੇ ਦੋਸਤੋ, ਅੱਜ ਅਸੀਂ ਨਾ ਵਿਹਲੇ ਬੈਠੇ, ਅਸੀਂ ਇਹੀ ਸੋਚਿਆ ਚੱਲ ਸਦਾਮ ਬਾਈ ਚੱਲ ਗਏ ਨਾ ਬਾਈ ਇਮਰਾਨ ਦੀ ਸ਼ਾਦੀ ਏ, ਤੇ ਅੱਜ ਹਾਲ ਦੀ ਬੁਕਿੰਗ ਕਰ ਆਈਏ। ਮੈਂ ਪਹਿਲੇ ਦੱਸਿਆ। ਅੱਛਾ ਜੀ, ਪਹਿਲਾਂ ਦੱਸਿਆ ਕਿ ਸਾਡੇ ਭਾਈਰਾਂ ਦੀ ਸ਼ਾਦੀ ਆ ਗਈ ਏ, ਬਹੁਤ ਹੀ ਨਜ਼ਦੀਕ ਆ ਗਈ ਏ, ਤੇ ਅਸੀਂ ਮਾਰਕੀ ਦੀ ਜਿਹੜਾ ਨਾ ਬੁਕਿੰਗ ਕਰ ਆਈਏ। ਤੇ ਹੁਣ ਮੈਂ ਕੁਰਬਾਨ ਬਾਈ ਵੱਲ ਗਿਆ ਸਾਂ, ਮੈਂ ਇਹਨਾਂ ਨੂੰ ਬਿਠਾ ਕੇ ਆਉਂਦਾ, ਮੈਂ ਕਿਹਾ ਚਲੋ ਬਾਈ ਜਾਨ, ਜਿਹੜੇ ਸ਼ਾਦੀਆਂ ਪੁਰਾਣੇ ਜਿਹੜੇ ਜ਼ਮਾਨਿਆਂ 'ਚ ਹੁੰਦੀਆਂ ਸਨ ਘਰ, ਉਹਨਾਂ ਦਾ ਵੈਸੇ ਮਜ਼ਾ ਤਾਂ ਹੁੰਦਾ ਸੀ, ਤੇ ਲੇਕਿਨ ਅੱਜ ਕੱਲ੍ਹ ਇਹ ਵੇ ਕਿ ਆਵਾਮ ਮਾਰਕੀਆਂ ਵਿੱਚ ਸ਼ਾਦੀ ਹੋ ਰਹੀ ਹੈ, ਘਰ ਪਤਾ ਹੀ ਨਹੀਂ ਕਿ ਸ਼ਾਦੀ ਹੈ ਜਾਂ ਨਹੀਂ, ਮਾਰਕੀਆਂ ਵਿੱਚ ਟੋਟਲ ਫੰਕਸ਼ਨ ਹੋ ਰਹੇ ਨੇ, ਤੇ ਅਸਾਂ ਵੀ ਆਖਿਆ ਚਲੋ ਟਾਈਮ ਦੇ ਨਾਲ ਨਾਲ ਸਾਨੂੰ ਵੀ ਕੋਈ ਥੋੜ੍ਹਾ ਬਹੁਤ ਚੱਲਣਾ ਪੈਂਦਾ ਤੇ ਚੇਂਜ ਹੋ ਜਾਈਏ, ਤੇ ਇਸ ਵਜ੍ਹਾ ਤੋਂ ਅਸੀਂ ਜਾ ਰਹੇ ਹਾਂ ਬੁਕਿੰਗ ਕਰਵਾਉਣ ਮਾਰਕੀ ਫਾਲੀਆ 'ਚ, ਤੇ ਚਲੋ ਤੁਹਾਨੂੰ ਦਿਖਾਉਂਦੇ ਹਾਂ ਤੇ ਆਪਣੇ ਸਫ਼ਰ ਦਾ ਆਗਾਜ਼ ਕਰਦੇ ਸਫ਼ਰ। ਅੱਛਾ, ਬਣ ਗਿਆ ਸ਼ਹਿਰ, ਪੰਜਰ ਹੋ ਗਿਆ ਬਾਈਕ 'ਤੇ ਅਸੀਂ ਆ ਤੇ ਗਏ ਆ, ਲੇਕਿਨ ਮੌਸਮ ਵੀ ਖਰਾਬ ਲੱਗ ਰਿਹਾ, ਬਾਰਿਸ਼ ਦਾ ਮੌਸਮ ਹੈ, ਮਾਸ਼ਾਅੱਲਾ ਬੜਾ ਪਿਆਰਾ ਮੌਸਮ ਬਣਿਆ, ਸਾਨੂੰ ਸ਼ੱਕ ਪੈਂਦਾ ਕਿ ਅੱਜ ਅਸੀਂ ਨਾ ਭੀਗ ਕੇ ਜਾਏਂਗੇ। ਪਿਆਰਿਓ ਤੇ ਮਿੱਠਿਓ ਤੇ ਸਜਣੋ, ਇਹ ਆਪਣਾ ਅਲ ਮਸ਼ਹੂਰ ਅੱਡਾ ਰਣਮਲ ਸ਼ਰੀਫ ਸਰਕਾਰ ਦੀ ਨਗਰੀ ਏ। ਤੁਹਾਨੂੰ ਸਾਰਿਆਂ ਭਰਾਵਾਂ ਨੂੰ ਪਤਾ ਹੋਣਾ ਕਿ ਨੌਸ਼ੋ ਸਰਕਾਰ ਦਾ ਦਰਬਾਰ ਇੱਥੇ, ਜਿਹਨੂੰ ਨਹੀਂ ਪਤਾ ਉਹਨੂੰ ਵੀ ਦੱਸ ਦਿੰਦੇ ਹਾਂ, ਅੱਡਾ ਰਣਮਲ ਸ਼ਰੀਫ ਮੰਡੀ ਵਾਲਦੀ ਦੇ ਵਿੱਚ। ਮਾਸ਼ਾਅੱਲਾ ਜੀ, ਨਵੀਂ ਮਾਰਕੀਟ ਬਣੀ ਏ, ਇੱਥੇ ਹਰ ਸਹੂਲਤ ਮੌਜੂਦ ਏ, ਸਾਨੂੰ ਇਹਦਾ ਬਹੁਤ ਜ਼ਿਆਦਾ ਫਾਇਦਾ। ਪੀਜ਼ਾ ਕਾਰਨਰ ਵੀ ਇੱਥੇ ਹੈ, ਥਾਣਾ ਬਣ ਗਿਆ ਜੀ ਸਾਡੇ ਨਜ਼ਦੀਕ, ਤੇ ਤੁਹਾਨੂੰ ਸਾਰਿਆਂ ਭਰਾਵਾਂ ਨੂੰ ਪਤਾ ਹੋਣਾ ਕਿ ਥਾਣੇ ਦਾ ਫਾਇਦੇ ਵੀ ਬੜੇ ਨੇ ਤੇ ਕਈਆਂ ਬੰਦਿਆਂ ਨੂੰ ਨੁਕਸਾਨ। ਮਾਸ਼ਾਅੱਲਾ, ਬਹੁਤ ਹੀ ਪਿਆਰਾ ਮੌਸਮ ਹੈ ਤੇ ਬਹੁਤ ਹੀ ਜਿਹੜਾ ਨਾ ਖਰਾਬ ਰੋਡ ਹੈ, ਰੋਡ ਉਸ ਤੋਂ ਵੀ ਮਾਸ਼ਾਅੱਲਾ ਮਾਲਟਿਆਂ ਦਾ ਬਾਗ, ਤੇ ਇੱਥੋਂ ਮੈਂ ਤੇ ਕੁਰਬਾਨ ਭਾਈ ਕਾਫੀ ਦਫਾ ਮਾਲਟਿਆਂ ਦੇ ਸੀਜ਼ਨ ਵਿੱਚ, ਮਾਲਟਿਆਂ ਦੇ ਮੌਸਮ ਵਿੱਚ ਇੱਥੋਂ ਗੁਜ਼ਰੀਏ ਤੇ ਮਾਲਟੇ ਜਿਹੜਾ ਨਾ ਉਹ ਖਾ ਕੇ ਭਜਾਓ 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 ਤੋ। ਤੇ ਹੁਣ ਅੱਡੇ ਮਾਨੋ ਚੱਕ ਤੇ ਪਰਾਡਾ ਗੱਡੀ ਜਾ ਰਹੀ ਹੈ ਰੋਡ ਮੰਡੀ ਬਹਾਵਲਦੀਨ, ਤੇ ਬੰਦੇ ਨੂੰ ਮਿਲਣਾ ਸੀ ਸਾਹਿਬ ਜੀ, ਉਹ ਯਾਰ ਫਰਨੀਚਰ ਦਾ ਪਤਾ ਕਰਨਾ ਸੀ। ਉਹ ਦੋਸਤੋ, ਅਸੀਂ ਆ ਗਏ ਹਾਂ ਫਰਨੀਚਰ ਵੇਖਣ, ਤੇ ਮਾਸ਼ਾਅੱਲਾ ਬਾਰਿਸ਼ ਹੋ ਗਈ ਤੇਜ਼। ਕੀ ਹੁਣ ਜ਼ਾਮ ਸਾਹਿਬ ਜੀ, ਮੈਂ ਆਖਿਆ ਉਹਨਾਂ ਨੂੰ ਥੋੜਾ ਬਿਜ਼ੀ ਨੇ, ਫ੍ਰੀ ਹੋ ਗਏ, ਅਸੀਂ ਫਰਨੀਚਰ ਦਾ ਪਤਾ ਕਰਨ ਤੇ ਸਾਨੂੰ ਦਿੱਤਾ ਉਹਨਾਂ ਜਵਾਬ, ਹੁਣ ਉਹਨਾਂ ਕਿਹਾ ਕੱਲ ਸ਼ਾਮ ਨੂੰ ਤੁਹਾਨੂੰ ਦੇਵਾਂਗੇ ਫਰਨੀਚਰ। ਪਿਆ ਵਸਦਾ ਲੋਕਾਂ ਦੀ ਬਰਬਾਦੀ ਵਾਲਾ ਡੇ। ਲੋ ਜੀ, ਅਸੀਂ ਆ ਗਏ ਹਾਂ ਮਾਰਕੀ, ਬੈਂਕਵਟ ਮੈਰਿਜ ਹਾਲ ਨਵਾਂ ਬਣਿਆ, ਤੇ ਇਹਦਾ ਟੇਸਟ ਜਿਹੜਾ ਨਾ ਬਹੁਤ ਹੀ ਹੈਵੀ ਤੇ ਬਹੁਤ ਹੀ ਕਮਾਲ ਹੈ ਮਾਸ਼ਾਅੱਲਾ, ਇਹਦਾ ਟੇਸਟ ਵੀ, ਇਹਦੇ ਖਾਣੇ ਦਾ ਖਾਣੇ ਦਾ ਟੇਸਟ ਇਹੀ ਅਸਾਂ ਕਹਿਣਾ ਪੈਣਾ ਕਿ ਮਾਸ਼ਾਅੱਲਾ ਕਾਫੀ ਅੱਛੀ ਹੈ, ਕਾਫੀ ਕਮਾਲ ਹੈ ਜੀ। ਟੋਟਾ ਜੇ ਪਿੱਛੋਂ ਵੇਖ ਕੇ ਬੜੀ ਸਪੀਡ 'ਚ ਆ ਰਹੀਆਂ ਹੈ ਰਹੀ ਹੈ ਜੀ, ਇਹ ਆ ਗਿਆ ਮੈਰਿਜ ਹਾਲ। ਲੋ ਜੀ ਦੋਸਤੋ, ਅਸੀਂ ਆ ਗਏ ਹਾਂ ਹਾਲ ਦੇ ਅੰਦਰ, ਜਿੱਥੇ ਅਸੀਂ ਕੋਈ ਦੋਗੇ ਚੈਨਲ ਨਾਲ ਬਲਾਕ ਕਰਵਾ ਲਏ। ਨਹੀਂ ਨਹੀਂ, ਉਹ ਸਕਿਉਰਿਟੀ ਗਾਰਡ ਹੈ ਨਾ, ਇਸ ਵਾਸਤੇ ਕੋਈ ਨਹੀਂ ਖਰਾ ਬਣਿਆ। ਮੇਰੇ ਚਾਹ ਨਾਲ ਇੱਥੇ ਇੱਕ ਫੰਕਸ਼ਨ ਹੋ ਰਿਹਾ ਹੈ, ਮਾਸ਼ਾਅੱਲਾ ਫੰਕਸ਼ਨ ਹੋ ਰਿਹਾ ਸ਼ਾਦੀ ਦਾ। ਕਿੱਧਰ ਜਾ ਰਹੇ ਹੋ? ਕਿੱਧਰ ਜਾ ਰਹੇ ਹੋ? ਮੈਨੇਜਰ ਆਫਿਸ। ਅੱਛਾ ਜੀ,
ਉਹ ਜੀ ਇੱਥੇ ਇੱਕ ਫੰਕਸ਼ਨ ਹੈ, ਅਸੀਂ ਵੀਡੀਓ ਨਹੀਂ ਬਣਾ ਸਕਦੇ ਇਸ ਵਾਸਤੇ ਆਫਿਸ ਦੇ ਅੰਦਰ ਜਾ ਰਹੇ ਹਾਂ। ਹਾਂਜੀ ਸਾਹਿਬ ਜੀ, ਹੋ ਗਈ ਗੱਲ, ਚੱਲੀਏ, ਪ੍ਰੋਗਰਾਮ ਡਨ ਹੋ ਗਿਆ। ਕੀ ਟਾਈਮ ਰੱਖਿਆ? 3 ਵਜੇ ਦਾ ਟਾਈਮ ਰੱਖਿਆ। ਅੱਛਾ ਜੀ, 3 ਵਜੇ ਜੇ ਚੇ ਸਿਲੰਡਰ ਕਰਨਾ ਹੈ, ਅਸੀਂ ਇਨਵਾਈਟ ਕਰਦੇ ਹਾਂ ਉਹ ਆ ਕੇ ਲੰਗਰ ਪਾ। ਹੋ ਗਿਆ ਵਲੀਮੇ ਦੀ ਬੁਕਿੰਗ, 3 ਵਜੇ ਦਾ ਟਾਈਮ ਹੈ। 18 ਤਰੀਕ ਨੂੰ ਹੈ? 18 ਤਰੀਕ ਨੂੰ ਨਹੀਂ, ਹਾਂ 19 ਤਰੀਕ ਨੂੰ ਵਲੀਮੇ ਦਾ 3 ਵਜੇ ਲੱਕੀ ਕੈਪੀਟਲ ਬੈਂਕਵਿਟ ਮੈਰਿਜ ਹਾਲ। ਸਾਰਿਆਂ ਦੋਸਤਾਂ ਨੂੰ, ਸਾਰਿਆਂ ਦੋਸਤਾਂ ਨੂੰ ਜਿਨ੍ਹਾਂ ਜਿਨ੍ਹਾਂ ਨੂੰ ਇਨਵਾਈਟ ਕੀਤਾ ਉਹਨਾਂ ਨੂੰ ਵੀ, ਜਿਹੜੇ ਦੇਖ ਰਹੇ ਨੇ ਉਹਨਾਂ ਨੂੰ ਵੀ ਇਨਵਾਈਟ ਕਰ ਰਹੇ ਹਾਂ, ਇਨਵਾਈਟ ਕਰ ਰਹੇ ਹਾਂ ਕਿ ਆ ਜਾਇਓ 19 ਤਰੀਕ ਨੂੰ 3 ਵਜੇ ਸ਼ਾਮ ਨੂੰ। ਲਓ ਜੀ, ਇਹ ਬਾਈ ਨੇ ਹੋ ਗਿਆ ਸਾਨੂੰ ਬੰਦੂਕ ਵਿਖਾਈਏ ਅਤੇ ਸਾਡਾ ਚੈਨਲ ਬਲਾਕ ਹੋ ਸਕਦਾ ਅਗਰ ਅਸੀਂ ਕਨਫਰਮ ਦਿਖਾਈਏ ਤਾਂ। ਠੀਕ ਹੈ ਭਾਈ ਜਾਨ, ਅੱਲਾ ਹਾਫਿਜ਼। ਚਲੋ ਆਰਾਮ ਨਾਲ ਗਾਏ ਉਹ। ਚਲੋ ਜੀ, ਅਸੀਂ ਆ ਗਏ ਹੁਣ ਵੱਡੇ ਰੋਡ 'ਤੇ, ਬਾਰਿਸ਼ ਹੋ ਗਈ ਤੇਜ਼। ਗਿੱਲਾ ਗਿੱਲਾ